ਇਹ ਜਿਹੜਾ ਪ੍ਰੋਟੈਸਟ ਹੈ ਤੁਸੀਂ ਤੁਹਾਨੂੰ ਪਤਾ ਹੀ ਹੈ ਕੋਆਪਰੇਟਿਵ ਸੁਸਾਇਟੀ ਚਨਾਥਨ ਕਲਾਂ ਦੀ ਜਿਹੜੀ ਗੈਰ ਰਸਮੀ ਗੈਰ ਕਾਨੂੰਨੀ ਚੋਣ ਹੋਈ ਸੀ ਉਹਦੇ ਸੰਬੰਧ ਦੇ ਵਿੱਚ ਜਿਹੜਾ ਲੋਕਾਂ ਦਾ ਰੋਸ ਸੀ ਉਸ ਦਿਨ ਜਿੱਦਣ ਚੋਣ ਹੋ ਰਹੀ ਸੀ ਉਸ ਦਿਨ ਲੋਕਾਂ ਦਾ ਬਹੁਤ ਵੱਡਾ ਰੋਸ ਸੀ ਧਰਨਾ ਮਾਰਿਆ ਲੋਕਾਂ ਨੇ ਔਰ ਉਹਨਾਂ ਨੇ ਉਸ ਧਰਨੇ ਦੇ ਵਿੱਚ ਪੀਸਫੁਲ ਧਰਨੇ ਦੇ ਵਿੱਚ ਆਪਣਾ ਪ੍ਰੋਟੈਸਟ ਜ਼ਾਹਰ ਕੀਤਾ ਉਸ ਵੇਲੇ ਪੁਲਿਸ ਦਾ ਜੋ ਰਵੱਈਆ ਸੀ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਔਰ ਉਸ ਤੋਂ ਬਾਅਦ ਜਦੋਂ ਕਿ ਉੱਥੇ ਸਾਰਿਆਂ ਨਾਲ ਸਮਝੌਤਾ ਕਰਕੇ ਪ੍ਰਸ਼ਾਸਨ ਨੇ ਧਰਨਾ ਚੁਕਾਇਆ ਅਤੇ ਇੱਕ ਉਸ ਤੋਂ ਬਾਅਦ ਪਤਾ ਲੱਗਦਾ ਕਿ ਪਰਚਾ ਦਰਜ ਕਰ ਦਿੱਤਾ ਆ 6 ਵਿਅਕਤੀਆਂ ਦੇ ਉੱਤੇ ਜਿਹੜੇ ਕਿ ਉਸ ਵੇਲੇ ਕੁਛ ਵੀ ਉਹਦੇ ਉਸ ਧਰਨੇ ਦੇ ਵਿੱਚ ਵੀ ਨਹੀਂ ਸੀ ਉਹਨਾਂ ਦੇ ਉੱਤੇ ਸਿਆਸੀ ਦਬਾਅ ਥੱਲੇ ਲੋਕਲ MLA ਦੇ ਦਬਾਅ ਥੱਲੇ ਉਹ ਪਰਚਾ ਦਰਜ ਕੀਤਾ ਗਿਆ 20-25 ਵਿਅਕਤੀ ਨਾਮਲੂਮ ਦੱਸੇ ਗਏ ਉਹ ਪਰਚਾ ਦਰਜ ਕੀਤਾ ਕਿ ਸਰਕਾਰੀ ਮੁਲਾਜ਼ਮ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ ਪੁਲਿਸ ਦੇ ਕੋਲ ਸਾਰੀਆਂ ਵੀਡੀਓ ਨੇ ਪੁਲਿਸ ਦੇ ਕੋਲ ਸਾਰਾ ਰਿਕਾਰਡ ਹੈ ਔਰ ਉਹਦੇ ਵਿੱਚ ਨਾ ਕੋਈ ਉਹਦੇ ਦਫ਼ਤਰ ਦੇ ਵਿੱਚ ਐਂਟਰ ਕੀਤਾ ਨਾ ਕਿਸੇ ਨੇ ਉਹਨੂੰ ਕੁਛ ਕਿਹਾ ਨਾ ਕੋਈ ਗੱਲ ਹੋਈ ਇੱਕ ਪ੍ਰਾਈਵੇਟ ਵਿਅਕਤੀ ਦੀ ਗੱਡੀ ਜਿਹੜੀ ਰੋਕੀ ਕਿਸੇ ਜਿਹੜਾ ਕਿ ਗਾਲਾਂ ਕੱਢ ਕੇ ਭੱਜ ਰਿਹਾ ਸੀ ਉਸ ਪ੍ਰਾਈਵੇਟ ਵਿਅਕਤੀ ਦੀ ਜਦੋਂ ਕੁਛ ਲੋਕਾਂ ਨੇ ਗੱਡੀ ਰੋਕਣ ਦੀ ਕੋਸ਼ਿਸ਼ ਉਹ ਗੱਡੀ ਉੱਥੋਂ ਦੀ ਚੜਾ ਕੇ ਲੋਕਾਂ ਦੇ ਉੱਥੋਂ ਗੱਡੀ ਲੈ ਗਿਆ ਭਜਾ ਕੇ ਲੈ ਗਿਆ ਔਰ ਸੈਕਟਰੀ ਨੇ ਜਿਹੜਾ ਕਿ ਜਿਹੜਾ ਸੁਸਾਇਟੀ ਦਾ ਸੈਕਟਰੀ ਹੈ ਉਹਦੇ 'ਤੇ ਦਬਾਅ ਪਾ ਕੇ ਔਰ ਉਹਦੇ 'ਤੇ ਇੱਕ ਉਹਦੇ ਕੋਲੋਂ ਪਰਚਾ ਦਰਜ ਕਰਾਇਆ ਕਿ ਮੇਰੀ ਡਿਊਟੀ ਦੇ ਵਿੱਚ ਮੈਨੂੰ ਵਿਘਨ ਪਾ ਕੇ ਅਤੇ ਮੇਰੇ ਨਾਲ ਉਹਨਾਂ ਨੇ ਬਦਸਲੂਕੀ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਤੋਂ ਰਜਿਸਟਰ ਖੋਣ ਦੀ ਨੀਅਤ ਨਾਲ ਆਏ ਸੀ ਮੈਂ ਇੱਥੇ ਪੁੱਛਣਾ ਚਾਹੁੰਦਾ ਨਾ ਤੁਹਾਡੇ ਦਫ਼ਤਰ ਗਏ ਜੇ ਤੂੰ ਪ੍ਰਾਈਵੇਟ ਵਿਅਕਤੀ ਦੀ ਗੱਡੀ ਦੇ ਵਿੱਚ ਪਤਾ ਨਹੀਂ ਬੈਠਾ ਸੀ ਕਿ ਨਹੀਂ ਬੈਠਾ ਸੀ ਜੇ ਬੈਠਾ ਵੀ ਸੀਗਾ ਅਤੇ ਉਸ ਉਹ ਜਿਹੜਾ ਪ੍ਰਾਈਵੇਟ ਨਾ ਤੇਰੀ ਸਰਕਾਰੀ ਗੱਡੀ ਨਾ ਪ੍ਰਾਈਵੇਟ ਗੱਡੀ ਨਾ ਤੈਨੂੰ ਕੁਛ ਕਿਹਾ ਨਾ ਤੇਰੀ ਡਿਊਟੀ 'ਚ ਵਿਘਨ ਪਾਇਆ ਅਤੇ ਫਿਰ ਤੁਹਾਡੇ ਕਿਹੜਾ ਇਹ ਜਿਹੜੀ ਧਾਰਾ ਜਿਹਨੂੰ ਪਹਿਲਾਂ 353 ਕਹਿੰਦੇ ਸੀ ਹੁਣ 132 ਕਹਿੰਦੇ ਨੇ ਉਹ ਲਗਾ ਕੇ ਜਾਣ ਕੇ ਲੋਕਾਂ ਨੂੰ ਡਰਾਉਣ ਲਈ ਤਾਂ ਕਿ ਉਹਨਾਂ ਦੀਆਂ ਜ਼ਮਾਨਤਾਂ ਥਾਣੇ ਨਾ ਹੋ ਸਕਣ ਸੋ ਇਸ ਕਰਕੇ ਇਹ ਜਿਹੜਾ ਝੂਠਾ ਪਰਚਾ ਦਰਜ ਕੀਤਾ ਸਾਨੂੰ ਡਰਾਉਣ ਲਈ ਸਾਨੂੰ ਧਮਕਾਉਣ ਲਈ ਸਾਡੀ ਆਵਾਜ਼ ਨੂੰ ਦਬਾਉਣ ਲਈ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਧਰਨਾ ਉਹਦੇ ਖਿਲਾਫ਼ ਹੈ ਅੱਜ SSP ਫਤਿਹਗੜ੍ਹ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਬੇਨਤੀ ਕਰਕੇ ਆਵਾਂਗੇ ਕਿ ਇਹ ਜਿਹੜਾ ਝੂਠਾ ਪਰਚਾ ਇੱਕ ਅਫਸਰ ਨੇ ਆਪਣੀ ਇੱਕ ਹੈਂਕੜਪੁਣਾ ਦਿਖਾਉਣ ਦੇ ਲਈ ਧੱਕੇ ਨਾਲ ਕਿਸੇ ਕੋਲੋਂ ਕਰਵਾਇਆ ਆ ਇਸ ਪਰਚੇ ਦੇ ਝੂਠਾ ਆ ਤੱਥਾਂ 'ਤੇ ਆਧਾਰਿਤ ਨਹੀਂ ਹੈਗਾ ਔਰ ਗੈਰ ਕਾਨੂੰਨੀ ਹੈ ਇਸ ਪਰਚੇ ਨੂੰ ਕੈਂਸਲ ਕੀਤਾ ਜਾਵੇ ਜਿਹੜੀ ਸਾਡੀ ਕੋਆਪਰੇਟਿਵ ਸੁਸਾਇਟੀ ਦੀ ਲੜਾਈ ਹੈ ਉਹ ਲੜਾਈ ਉੱਦਾਂ ਹੀ ਬਦਦਸਤੂਰ ਜਾਰੀ ਰਹੂਗੀ ਪੁਲਿਸ ਆਪਣਾ ਉਸ ਲੜਾਈ ਦੇ ਵਿੱਚ ਇਸ ਪਰਚੇ ਨੂੰ ਦਰਜ ਕਰਕੇ ਸਾਨੂੰ ਧਮਕਾਉਣਾ ਚਾਹੁੰਦੀ ਹੈ ਅਸੀਂ ਪਹਿਲਾਂ ਹੀ ਕਹਿੰਦੇ ਹਾਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ ਅੱਜ ਦੇਖ ਲਓ ਜਿੰਨੇ ਉਸ ਧਰਨੇ 'ਚ ਲੋਕ ਸੀ ਉਹਦੇ ਨਾਲ ਦੂਣ ਸਵਾਏ ਲੋਕ ਅੱਜ ਇੱਥੇ ਧਰਨੇ ਦੇ ਵਿੱਚ ਆਏ ਨੇ ਔਰ ਸਭ ਤੋਂ ਮਾੜੀ ਗੱਲ ਕਿ ਉਸ ਵੇਲੇ DSP ਅਤੇ ਮੂਲੇਪੁਰ ਪੁਲਿਸ ਇੱਕ ਗਰੀਬ ਵਿਅਕਤੀ ਜਿਹੜਾ ਮਾਈਕ ਲੈ ਕੇ ਆ ਰਿਹਾ ਸੀ ਰਸਤੇ ਦੇ ਵਿੱਚ ਉਹਦਾ ਮਾਈਕ ਖੋ ਕੇ ਲੈ ਗਏ ਮਾਈਕ ਲੱਗਿਆ ਵੀ ਨਹੀਂ ਗਾ ਮਾਈਕ 'ਚ ਬੋਲੇ ਵੀ ਨਹੀਂ ਗੇ ਉਹਦਾ ਰਸਤੇ 'ਚੋਂ ਮਾਈਕ ਖੋ ਕੇ ਲੈ ਗਏ ਅਜੇ ਤੱਕ ਉਹਨੂੰ ਮਾਈਕ ਵੀ ਨਹੀਂ ਦੇ ਰਹੇ ਭਾਈ ਜੇ ਕੋਈ ਤੁਹਾਨੂੰ ਹੋਰ ਮਾਈਕ ਚਾਹੀਦਾ ਤਾਂ ਅੱਜ ਅਸੀਂ 2 ਲੈ ਕੇ ਆਏ ਹਾਂ ਇਹ ਤਰਨਵੀਰ ਸਿੰਘ ਸੈਕਟਰੀ ਜਿਹੜਾ ਕੋਆਪਰੇਟਿਵ ਸੁਸਾਇਟੀ ਹੈ ਉਹਦੀ ਦਰਖਾਸਤ 'ਤੇ ਦਰਜ ਹੋਇਆ 6 ਬੰਦਿਆਂ 'ਤੇ ਦਰਜ ਹੋਇਆ ਔਰ 20-25 ਅਣਪਛਾਤੇ ਜਿਹੜੇ ਹੈਗੇ ਨੇ ਨਾਮਲੂਮ ਜਿਹੜੇ ਨੇ ਉਹਦੇ ਵਿੱਚ ਲਿਖਿਆ ਗਿਆ ਜਦੋਂ ਤੁਸੀਂ FIR ਪੜ੍ਹੋਗੇ
ਤਾਂ ਤੁਹਾਨੂੰ ਸਮਝ ਲੱਗ ਜੂਗੀ ਕਿ ਕਿਸੇ ਦਫ਼ਤਰ ਦੇ ਵਿੱਚ ਕੋਈ ਵਿਘਨ ਨਹੀਂ ਪਿਆ, ਕਿਸੇ ਹੋਰ ਜਗ੍ਹਾ 'ਤੇ ਵਿਘਨ ਨਹੀਂ ਪਿਆ, ਔਰ ਉਹ ਆਪਣੀ ਲੈਂਗੁਏਜ 'ਚ ਹੀ ਕਹਿ ਰਿਹਾ ਕਿ ਮੈਨੂੰ ਕਿਸੇ ਨੇ ਕੁਛ ਨਹੀਂ ਕਿਹਾ।